ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਨਰਿੰਦਰ ਸਿੰਘ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਰਾਜਪੁਰ ਸਰਦਾਰ ਤਰਲੋਚਨ ਸਿੰਘ ਜੀ ਕੋਲ। ਉਹਨਾਂ ਕੋਲ ਸਾਡੇ ਪਹਿਲਾਂ ਦੇ ਪਏ ਸੁਪਰ ਸੀਟਰ ਚੱਲ ਰਹੇ ਨੇ 2019 ਤੋਂ ਲੈ ਕੇ 2019 20 ਅਤੇ 21 ਅਤੇ 22 ਸਟੈਂਡਰਡ ਜੈਗੂਲਰ ਅਤੇ ਜਿਹੜੇ ਆਪਣੇ ਚੈਨ ਡਰਾਈਵ ਸੀਗੇ ਸਾਰੇ ਸੁਪਰ ਸੀਟਰ ਅਵੇਲੇਬਲ ਨੇਗੇ। ਆਓ ਅਸੀਂ ਅੱਜ ਵਿਚਾਰ ਲੈਂਦੇ ਆਪਣੇ ਕਿਸਾਨ ਭਰਾਵਾਂ ਦੇ। ਆਓ ਮਿਲੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਰਲੋਚਨ ਸਿੰਘ ਜੀ, ਆਪਾਂ ਕਦੋਂ ਦੇ ਜਗਜੀਤ ਗਰੁੱਪ ਨਾਲ ਜੁੜੇ ਹੋਏ ਹਾਂ ਜੀ? 2019 ਤੋਂ ਤੇ ਸੁਪਰ ਸੀਟਰ ਆਪਾਂ 2020 ਤੇ ਲਿੱਤੇ ਦੀ। ਓਕੇ ਜੀ, ਓਕੇ। ਕਿਵੇਂ ਦਾ ਰਿਸਪੌਂਸ ਰਿਹਾ ਜਗਜੀਤ ਸੁਪਰ ਸੀਟਰ ਦਾ? ਵਧੀਆ ਰਿਹਾ ਵੀਰੇ ਹੁਣ ਤੱਕ। ਤੁਸੀਂ ਸੰਤੁਸ਼ਟ ਹੋ? ਹਾਂ, ਸਰਵਿਸ ਤੋਂ ਵਧੀਆ ਤੁਹਾਨੂੰ? ਸਭ ਤੋਂ ਬੈਸਟ ਸਾਨੂੰ ਸਰਵਿਸ ਲੱਗੀ ਹੈ ਨਾ। ਹਾਂਜੀ ਹਾਂਜੀ, ਵੀ ਸਰਵਿਸ ਸਾਨੂੰ ਅੱਧੇ ਘੰਟੇ ਡੇਢ ਘੰਟੇ ਵਿੱਚ ਉਪਲਬਧ ਹੋ ਜਾਂਦੀ ਸੀਗੀ। ਚਲੋ, ਬਹੁਤ ਵਧੀਆ ਸਰਵਿਸ, ਜਾਣ ਕੇ ਸੰਤੁਸ਼ਟ ਹੋ ਪੂਰੇ। ਹਾਂਜੀ, ਅੱਜ ਸਾਰੇ ਸੁਪਰ ਸੀਟਰਾਂ ਦਾ ਆਪਣੇ ਟ੍ਰਾਇਲ ਕੀਤਾ ਹੈਗਾ। 2020 ਮਾਡਲ ਵੀ ਆਪਣੇ ਕੋਲ, 19 ਵੀ ਹੈ, 21 ਵੀ ਹੈ, 22 ਵੀ ਹੈ, 23 ਜੈਗੂਲਰ ਵਗੈਰਾ। ਤੁਸੀਂ ਇਸ ਵਾਰ ਤੁਸੀਂ ਨੇ ਕਿੰਨੀਆਂ ਮਸ਼ੀਨਾਂ ਨਵੀਆਂ ਲਈਆਂ ਨੇ? ਅਸੀਂ 5 ਇਕੱਠੀਆਂ ਲੈ ਕੇ ਆਏ ਜੀ। ਇਸ ਵਾਰ 5 ਮਸ਼ੀਨਾਂ ਤੁਸੀਂ ਨਵੀਆਂ ਲੈ ਕੇ ਆਏ ਹੋ? ਹਾਂਜੀ। ਓਕੇ ਓਕੇ, ਚਲੋ ਬਹੁਤ ਵਧੀਆ। ਅਤੇ ਹਾਂਜੀ, ਸਰਦਾਰ ਨਰਭਾਈ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜਗਜੀਤ ਗੁਰਪ ਦਾ ਜੀ। ਹਾਂਜੀ, ਅਤੇ ਅਸੀਂ 2020 'ਚ ਲਿੱਤਾ ਜੀ। ਓਕੇ, ਐਤਕੀ ਫੇਰ ਲਿਆਂਦਾ ਜੈਗਲਰ ਮਾਡਲ। ਚਲੋ, ਸੁਪਰ ਸੀਟਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹ। ਠੀਕ ਹੈ ਜੀ। ਇੱਕ ਤਾਂ ਬਾਕੀ ਇਹਦੀ ਸਰਵਿਸ ਬਹੁਤ ਵਧੀਆ ਦੇ ਰਹੀ ਹੈ ਜੀ ਕੰਪਨੀ। ਠੀਕ ਹੈ ਜੀ, ਠੀਕ ਹੈ। ਅਤੇ ਹੋਰ ਸੁਪਰ ਸੀਟਰਾਂ ਦੇ ਮੁਕਾਬਲੇ ਜੀ ਤਕਰੀਬਨ ਜਿਹੜੀ ਖਾਦ ਰੁਕਦੀ ਹੈ ਜੀ। ਠੀਕ ਹੈ ਜੀ। ਇਹਦੇ ਬਿਲਕੁਲ ਪੋਰ ਸਿੱਧੇ ਨੇ ਜੀ, ਇਹਦੀ ਖਾਦ ਰੁਕਣ ਦੀ ਕੋਈ ਪ੍ਰੋਬਲਮ ਨਹੀਂ ਜੀ। ਸਾਨੂੰ ਸੁਪਰ ਸੀਟਰ ਬਹੁਤ ਵਧੀਆ ਲੱਗੇ ਜੀ। ਕਿਹੜੇ ਕਿਹੜੇ ਸਾਈਜ਼ ਜਿਹੜੇ ਸੁਪਰ ਸੀਟਰ ਦੇ ਤੁਸੀਂ ਇਸ ਟਾਈਮ ਯੂਜ਼ ਕਰ ਰਹੇ ਹੋਗੇ, ਵਰਤ ਰਹੇ ਹੋਗੇ? 7 ਫੁੱਟਾ ਅਤੇ 8 ਫੁੱਟ ਜੀ। ਠੀਕ ਹੈ ਜੀ। ਬਾਕੀ 5 ਸੁਪਰ ਸੀਟਰ ਲਿੱਤੇ ਨੇ ਜੀ ਆਪਣੇ ਦੋਸਤ ਨੇ, ਉਹ ਵੀ ਉਹਨਾਂ ਨੇ 10 ਫੁੱਟ ਲਿੱਤੇ ਨੇ ਜੀ। ਠੀਕ ਹੈ ਜੀ, ਠੀਕ ਹੈ। ਚਲੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ, ਸਰਦਾਰ ਬਲਵੀਰ ਸਿੰਘ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਹਾਂਜੀ ਜੀ। ਅਤੇ ਬਲਵੀਰ ਸਿੰਘ ਜੀ, ਕਿੰਨੇ ਕੁ ਟਾਈਮ ਤੋਂ ਆਪਾਂ ਜੁੜੇ ਹਾਂ ਜਗਜੀਤ ਗਰੁੱਪ ਦੇ ਨਾਲ? ਜੁੜੇ ਹੋਏ ਤਾਂ ਵੀਰੇ 19-20 ਤੋਂ ਹੀ ਆ। ਠੀਕ ਹੈ ਜੀ। ਅਤੇ ਪਹਿਲਾਂ ਵੀਰੇ ਹੋਰਾਂ ਨੇ ਲਏ ਸੀਗੇ, ਇਹਨਾਂ ਨਾਲ ਬੀਜ ਦੇ ਰਹੇ ਸੀ। ਠੀਕ ਹੈ ਜੀ। ਇਕੱਠਿਆਂ ਵਾਂਗੂ ਰਹਿਣੇ, ਭਰਾਵਾਂ ਵਾਂਗੂ? ਠੀਕ ਹੈ ਜੀ। ਅਤੇ ਆਪਣਾ ਬਾਅਦ ਬਸ ਅਸੀਂ ਵੀ ਲਿਆ, ਫਿਰ ਮੈਂ ਵੀ ਲੈ ਲੈਣਾ ਦੇਖ ਕੇ। ਆਪਣੇ ਕੋਲ ਕੁੱਲ ਕਿੰਨੇ ਏਕੜ ਦੀ ਬਿਜਾਈ ਕਰਦੇ ਨੇ ਆਪਾਂ ਇੱਕ ਸੀਜ਼ਨ ਦੇ ਵਿੱਚ? ਸੀਜ਼ਨ ਦੇ ਵਿੱਚ ਤਾਂ ਕਰ ਦਿੰਦੇ ਜੀ 150-200 ਕਿਲੋ ਜੀ। ਅੱਛਾ, 150-200। ਕਿਰਾਏ ਵਗੈਰਾ ਦਾ ਵੀ ਕੰਮ ਕਰਦੇ ਨੇ ਆਪਾਂ? ਠੀਕ ਹੈ ਜੀ, ਠੀਕ ਹੈ। ਅਤੇ ਜਦੋਂ ਆਪਾਂ ਕਿਰਾਏ ਦਾ ਕੰਮ ਕਰਦੇ ਹਾਂ, ਜਿਹੜੀ ਖੇਤ ਦੇ ਵਿੱਚ ਜਿਹੜੀ ਸਰਵਿਸ ਵਗੈਰਾ, ਕਿਉਂਕਿ ਦੂਰ ਦੂਰ ਜਾਣਾ ਪੈਂਦਾ ਗਾ, ਪੰਜਾਬ ਦੇ ਵਿੱਚ ਵੀ ਹੈ, ਹਰਿਆਣੇ 'ਚ ਵੀ ਹੈ, ਆਪਾਂ ਨੂੰ ਸਾਰੇ ਕਿਤੇ ਜਾਣਾ ਪੈਂਦਾ ਕਿਰਾਏ ਕਰਨ ਦੇ ਲਈ। ਅਤੇ ਬਾਹਰ ਜਦੋਂ ਤੁਸੀਂ ਹਰਿਆਣੇ ਵਿੱਚ ਜਾਂਦੇ, ਤੁਹਾਨੂੰ ਉੱਥੇ ਸਰਵਿਸ ਵਗੈਰਾ ਵਧੀਆ ਮਿਲਦੀ ਹੈ? 100%। ਠੀਕ ਹੈ, ਠੀਕ ਹੈ। ਚਲੋ, ਸਭ ਤੋਂ ਵਧੀਆ ਨਾ ਨਾ ਬਹੁਤ ਵਧੀਆ ਚੱਲਦਾ ਜੀ। ਠੀਕ ਹੈ ਜੀ, ਠੀਕ ਹੈ। ਸਾਡੇ ਹੋਰ ਵੀ ਕਿਸਾਨ ਭਰਾ ਨੇ, ਜਿਵੇਂ ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਨੇ। ਗੁਰਵਿੰਦਰ ਸਿੰਘ ਜੀ, ਪਿੰਡ ਬਨੇਰਾ ਗਲਾਂ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਸਿੰਘ ਜੀ, ਆਪਾਂ ਤੁਸੀਂ ਕਦੋਂ ਕਦੋਂ ਜਗਜੀਤ ਗਰੁੱਪ ਨਾਲ ਜੁੜੇ ਹੋਏ ਹੋਗੇ? ਆਪਾਂ ਵੀਰੇ 22 'ਚ ਜੁੜੇ ਤੇ ਜੀ। ਠੀਕ ਹੈ ਜੀ, ਹਾਂਜੀ। ਉਸ ਤੋਂ ਪਹਿਲਾਂ ਵੀ ਤੁਸੀਂ ਕੋਈ ਹੋਰ ਕੰਪਨੀਆਂ ਸੁਪਰ ਸੀਟਰ ਯੂਜ ਵਰਤਿਆ ਹੋਣਾ ਹੈਗਾ? ਹਾਂ, ਉਸ ਤੋਂ ਪਹਿਲਾਂ ਇੱਕ ਹੋਰ ਵਰਤਿਆ ਜੀ। ਠੀਕ ਹੈ ਜੀ, ਠੀਕ ਹੈ, ਹਾਂਜੀ। ਉਹਦਾ ਅਤੇ ਆਪਣੇ ਜਗਜੀਤ ਗਰੁੱਪ ਦਾ ਰਿਸਪੌਂਸ, ਦੋਨਾਂ 'ਚ ਕਿਹੜਾ ਬੈਸਟ ਰਿਹਾ ਤੁਹਾਡੇ ਲਈ? ਇਹ ਠੀਕ ਰਿਹਾ ਜੀ। ਠੀਕ ਹੈ ਜੀ, ਠੀਕ। ਬਾਕੀ ਸਰਵਿਸ ਚੰਗੀ ਹੈ। ਅੱਛਾ ਜੀ, ਹਾਂ। ਅਤੇ ਪਿੱਛੇ ਆਪਾਂ ਲੇਜ਼ਰ ਕਰਾ ਵੀ ਲਿੱਤਾ ਸੀਗਾ ਜੀ। ਠੀਕ ਹੈ ਜੀ। ਅਤੇ ਹੁਣ ਤੁਸੀਂ ਕਿੰਨੇ ਫੁੱਟਾਂ ਸੁਪਰ ਸੀਟਰ ਵਰਤ ਰਹੇ ਹੋਗੇ? 8 ਫੁੱਟਾਂ ਲਿਆ ਜੀ। 8 ਫੁੱਟਾਂ ਵਰਤ ਰਹੇ? ਠੀਕ ਹੈ ਜੀ, ਠੀਕ ਹੈ। ਅਤੇ ਜਿਹੜੀ ਆਪਣੇ ਤੇਲ ਦੀ ਕਿੰਨੀ ਕੁ ਬੱਚਤ ਕਰੀ ਜਾਂਦੀ ਜੀ, ਕਿੰਨਾ ਕੁ ਲੀਟਰ ਹੈ, ਮਤਲਬ ਜਿਹੜਾ 1 ਏਕੜ ਦੇ ਵਿੱਚ ਆਪਣਾ ਸੁਪਰ ਸੀਟਰ ਖਾਂਦਾ ਹੈਗਾ? ਅਤੇ ਆਪਣਾ ਤਾਂ ਜੀ ਟਰੈਕਟਰ 6.5 ਲੀਟਰ 7 ਦੇ ਵਿੱਚ ਵਿੱਚ ਖਾਂਦਾ। ਅੱਛਾ ਜੀ, 7 ਲੀਟਰ ਦੇ ਤਕਰੀਬਨ ਹੈ ਜਿਹੜਾ ਆਪਣਾ 1 ਏਕੜ ਦੇ ਵਿੱਚ, ਜਿਹੜੀ ਬਾਕੀ ਕੰਪਨੀਆਂ ਨਾਲੋਂ ਯਾਨੀ ਕਿ ਫਿਰ ਵੀ 1.5 ਤੋਂ 2 ਲੀਟਰ ਦਾ ਆਪਾਂ ਨੂੰ ਬੱਚਤ ਹੁੰਦੀ ਹੈਗੀ। ਮਸ਼ੀਨਾਂ ਆਪਣੀ ਜਗਦੀ ਦੀ ਜਿਹੜੀਆਂ ਹੈਗੀਆਂ ਨੇ, ਬਹੁਤ ਜ਼ਿਆਦਾ ਰੈਲੀਆਂ ਚੱਲਦੀਆਂ ਨੇਗੀਆਂ ਨਾ। ਠੀਕ ਹੈ ਜੀ, ਬਹੁਤ ਵਧੀਆ। ਬਾਕੀ ਸਰਵਿਸ ਵੀ ਚੰਗੀ ਹੈ ਅਤੇ ਮਸ਼ੀਨ ਵੀ ਚੰਗੀ ਹੈ ਜੀ। ਠੀਕ ਹੈ ਜੀ, ਹਾਂਜੀ। ਅਤੇ ਜਿਹੜਾ ਲੇਜ਼ਰ ਕਰਾ ਜੀ, ਆਪਾਂ ਕਿੰਨੇ ਫੁੱਟਾਂ ਵਰਤ ਰਹੇ ਹਾਂ ਜਗਜੀਤ ਗਰੁੱਪ ਦਾ? ਉਹ 7 ਫੁੱਟ ਹੈ ਜੀ। ਠੀਕ ਹੈ ਜੀ, ਹਾਂਜੀ। ਚਲੋ, ਬਹੁਤ ਬਹੁਤ ਧੰਨਵਾਦ ਜੀ ਸਾਰੇ ਕਿਸਾਨ ਭਰਾਵਾਂ ਦਾ।